ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਮੈਂ ਕਿਸੇ ਉਸ ਲੀਡਰ ਜਿਹੜੇ ਸਤਿਕਾਰਯੋਗ ਅਪੋਜੀਸ਼ਨ ਪਾਰਟੀਆਂ ਦੇ ਉਸ ਮੀਟਿੰਗ 'ਚ ਗਏ, ਮੈਂ ਮੇਰਾ ਮਕਸਦ ਉਹਨਾਂ ਦੀ ਜਿਹੜੀ ਪਰਸਨਲ ਈਗੋ ਹੈਗੀ ਆ, ਉਹਨਾਂ ਦੀ ਰਿਸਪੈਕਟ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ। ਉਹ ਆਪੋ ਆਪਣੀ ਜਗ੍ਹਾ ਤੇ ਬੜੇ ਸੂਝਵਾਨ ਲੋਕ ਹੈਗੇ ਆ, ਆਪੋ ਆਪਣੇ ਫੀਲਡ ਦੇ ਵਿੱਚ ਉਹਨਾਂ ਦੀ ਬੜੀ ਮਹਾਰਤ ਹੈਗੀ ਆ। ਪਰ ਮੈਨੂੰ ਅਫਸੋਸ ਹੋਇਆ, ਕੱਲ ਇੱਕ ਪੰਜਾਬ ਦੇ ਮੇਨ ਟੀਵੀ ਚੈਨਲ ਦੇ ਉੱਤੇ ਡਿਬੇਟ ਦੇ ਵਿੱਚ ਮੈਂ ਵੀ ਗਿਆ, ਜਿਹਦੇ ਵਿੱਚ ਚੰਦੂ ਮਾਜਰਾ ਸਾਹਿਬ ਤੇ ਹਰਮਿੰਦਰ ਗਿੱਲ ਜਿਹੜੇ MLA ਆ, ਅਸੀਂ ਤਿੰਨੇ ਜਾਣੇ ਸੀ। ਮੈਨੂੰ ਅਫਸੋਸ ਹੋਇਆ ਕਿ ਆਲ ਪਾਰਟੀ ਮੀਟਿੰਗ ਦੇ ਵਿੱਚੋਂ ਲੋਕ ਇਨਸਾਫ਼ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਦੂਰ ਰੱਖਣ ਦਾ ਮਕਸਦ ਤੇ ਮਨੋਰ ਸੀ ਕਿ ਉਸ ਪਾਰਟੀ ਨੂੰ ਦੂਰ ਰੱਖੋ ਜਿਹਨੂੰ ਪਾਣੀਆਂ ਦੇ ਉੱਤੇ ਮਹਾਰਤ ਹੈ, ਰਿਵਰ ਵਾਟਰ ਦੇ ਉੱਤੇ ਜਿਹਨਾਂ ਨੇ ਲੜਾਈ ਲੜੀ, ਜਿਨ੍ਹਾਂ ਨੇ ਰਿਵਰ ਵਾਟਰ ਦੇ ਉੱਤੇ ਕਹਾਂਗੇ PhD ਕੀਤੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਇਸ਼ੂ ਨੂੰ ਲੈ ਕੇ ਪਹਿਲਾਂ ਵੀ ਇੱਕ ਖੁੱਲੀ ਡੁੱਲੀ ਮੀਟਿੰਗ ਲੋਕ ਇਨਸਾਫ਼ ਪਾਰਟੀ ਨਾਲ ਹੋਈ 2.25 ਸਾਲ ਪਹਿਲਾਂ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਨੂੰਨ ਤੇ ਸੰਵਿਧਾਨ ਦੀਆਂ ਉਦਾਹਰਣਾਂ ਤੇ ਦਸਤਾਵੇਜ਼ ਲੋਕ ਇਨਸਾਫ਼ ਪਾਰਟੀ ਮੇਰੇ ਵੱਲੋਂ ਪੇਸ਼ ਕੀਤੇ ਗਏ ਤੇ ਕੈਪਟਨ ਅਮਰਿੰਦਰ ਸਿੰਘ ਜੀ ਕਨਵਿੰਸ ਹੋਏ, ਕਨਵਿੰਸ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ OST ਮਿਸਟਰ ਸੰਧੂ ਨੂੰ ਇਹ ਗੱਲ ਕਹੀ ਵੀ ਤੁਰੰਤ ਮੇਰੀ ਗੱਲ ਕਰਾਓ ਐਡਵੋਕੇਟ ਜਨਰਲ ਦੇ ਨਾਲ। ਉਹਨਾਂ ਨੇ ਟੈਲੀਫੋਨ ਦੇ ਉੱਤੇ AG ਦੇ ਨਾਲ ਗੱਲ ਕਰਕੇ ਕਿਹਾ ਕਿ ਤੁਰੰਤ ਮੀਟਿੰਗ, ਬੜੀ ਨੌਲੇਜ ਹੈਗੀ ਆ ਬੈਂਸ ਕੋਲੇ, ਬੜਾ ਕੁਛ ਆ ਬੈਂਸ ਕੋਲੇ, ਮੀਟਿੰਗ ਰੱਖੋ ਤੁਰੰਤ। ਪਰ ਅਫਸੋਸ ਕਿ 2.25 ਸਾਲ ਦੇ ਅਰਸੇ ਤੋਂ ਬਾਅਦ ਆਲ ਪਾਰਟੀ ਮੀਟਿੰਗ ਆਈ, ਜਿਹਦੇ ਵਿੱਚ ਜਾਣਕਾਰੀ ਨੂੰ ਪਰੇ ਰੱਖਣ ਵਾਸਤੇ ਕਿ ਕਿਤੇ ਜਿਹੜੀ ਪੰਜਾਬ ਦੇ ਅੰਦਰ ਅਪੋਜੀਸ਼ਨ ਹੈ ਉਸ ਅਪੋਜੀਸ਼ਨ ਨੂੰ ਇਹ ਜਾਣਕਾਰੀ ਯੂਨਾਈਟ ਕਰੂ। ਮੈਂ ਕਿਸੇ ਅਪੋਜੀਸ਼ਨ ਜਿੰਨੇ ਸਤਿਕਾਰਯੋਗ ਸਾਡੇ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ ਗਏ ਆ, ਮੈਂ ਉਹਨਾਂ ਦਾ ਕੋਈ ਇਹ ਨਹੀਂ ਕਿ ਮੈਂ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਗੱਲ ਕਰਦਾ। ਲੈਕ ਆਫ ਨੌਲੇਜ ਇਜ਼ ਅ ਡੇਂਜਰਸ ਥਿੰਗ, ਨੀਮ ਹਕੀਮ ਖਤਰਾ ਹੈ ਜਾਨ। ਅਫਸੋਸ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸਨ ਤੇ ਉਹਨਾਂ ਨੇ ਪਹਿਲੀ ਗੱਲ ਕੀਤੀ ਕਿ ਅੱਜ ਅਸੀਂ ਰਿਜ਼ਲਟ ਕੀਤਾ, ਅਸੀਂ ਮਤ ਪ੍ਰਸਤਾਵ ਪਾਸ ਕੀਤਾ, ਟ੍ਰਿਬਿਊਨਲ ਦੀ ਮੰਗ ਕੀਤੀ। ਅਸੀਂ ਸਭ ਤੋਂ ਵੱਡਾ ਪੰਜਾਬ ਦੇ ਲਈ ਇਹ ਖਤਰਨਾਕ ਘਾਤਕ ਫੈਸਲਾ ਜਿਹੜਾ ਕੱਲ ਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ, ਅਸੀਂ ਰਿਪੇਰੀਅਨ ਸਟੇਟ ਦੇ ਵਾਸ ਹਾਂ, ਪੰਜਾਬ ਸੂਬਾ ਰਿਪੇਰੀਅਨ ਸਟੇਟ ਹੈ। ਜੇ ਮੇਰੇ ਦੋਸਤ ਜਿਹੜੇ ਅਪੋਜੀਸ਼ਨ ਦੇ ਲੀਡਰ ਸਾਹਿਬਾਨ ਭਾਰਤ ਦਾ ਸੰਵਿਧਾਨ ਤੇ ਪਾਣੀਆਂ ਦਾ ਕਾਨੂੰਨ ਪੜ੍ਹ ਕੇ ਗਏ ਹੁੰਦੇ ਤੇ ਟੋਕ ਦਿੰਦੇ, ਅਪੋਜ ਕਰਦੇ ਉੱਥੇ। ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ 5ਵੀਂ ਐਂਟਰੀ, ਮੇਰੀ ਗੱਲ ਰਿਕਾਰਡ ਤੇ ਆ, ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ, 7ਵੇਂ ਸ਼ਡਿਊਲ ਦੀ 5ਵੀਂ ਐਂਟਰੀ ਦੇ ਵਿੱਚ ਸਾਫ਼ ਤੇ ਸਪਸ਼ਟ ਲਿਖਿਆ ਕਿ ਜਿੱਥੇ ਅੰਤਰਰਾਜੀ ਦਰਿਆ ਹੈਗਾ, ਅੰਤਰਰਾਜੀ ਰਿਵਰ ਹੈਗਾ, ਇੰਟਰ ਸਟੇਟ ਰਿਵਰ ਆ, 2 ਜਾਂ 3 ਜਾਂ 4 ਜਾਂ 5 ਰਾਜਾਂ ਦੇ ਆਪਸ ਦੇ ਵਿੱਚ ਡਿਸਪਿਊਟ ਪੈਦਾ ਹੋ ਗਿਆ ਉਸ ਸਾਂਝੇ ਦਰਿਆ ਦੇ ਪਾਣੀ ਨੂੰ ਲੈ ਕੇ, ਤੇ ਫਿਰ ਕੇਂਦਰ ਦਖਲਅੰਦਾਜ਼ੀ ਕਰਕੇ ਟ੍ਰਿਬਿਊਨਲ ਬਣਾ ਸਕਦਾ। ਅਫਸੋਸ ਹੈ ਕਿ ਨਾ ਸਾਡਾ ਰਾਵੀ, ਨਾ ਸਤਲੁਜ ਤੇ ਨਾ ਬਿਆਸ, ਨਾ ਦਿੱਲੀ, ਨਾ ਹਰਿਆਣਾ ਤੇ ਨਾ ਰਾਜਸਥਾਨ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ। ਅਸੀਂ ਤਾਂ ਲੜਾਈ ਲੜ ਰਹੇ ਹਾਂ ਕਿ ਜਿਹੜਾ ਪਹਿਲਾਂ ਸਾਡੇ ਨਾਲ ਕਾਣੀ ਵੰਡ ਹੋਈ ਆ ਉਹ ਕਾਣੀ ਵੰਡ ਗੈਰ ਸੰਵਿਧਾਨਕ ਆ, ਸਾਡਾ ਸੰਵਿਧਾਨਕ ਰਾਈਟ ਜਿਹੜਾ ਸੀ ਉਹ ਖੋਹ ਲਿਆ ਕੇਂਦਰ ਨੇ।
ਪਹਿਲੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਗੱਲ ਤੇ ਦੂਸਰਾ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਜ਼ਿਕਰ ਕੀਤਾ ਕਿ ਪਾਣੀ ਦੀ ਕੀਮਤ ਲੈਣੀ ਨਹੀਂ। ਉਹਨਾਂ ਨੇ ਜ਼ਿਕਰ ਕੀ ਕੀਤਾ, ਉਹ ਕਹਿੰਦੇ ਪਜਾਮਿਆਂ ਦੇ ਵਿੱਚ ਨਾ, ਮਤਲਬ 1950 ਉਹਨਾਂ ਨੇ ਐਗਜੈਕਟ, ਤੁਸੀਂ ਉਹਨਾਂ ਦਾ ਪੀਸੀ ਸੁਣ ਸਕਦੇ ਹੋ, ਉਹਨਾਂ ਨੇ ਐਗਜੈਕਟ ਨਹੀਂ ਬੋਲਿਆ, ਮੈਂ ਤੁਹਾਨੂੰ ਤਰੀਕ ਦੱਸ ਦਿੰਦਾ। ਉਹਨਾਂ ਨੇ ਨਾਲ ਗੁਲਜ਼ਾਰੀ ਲਾਲ ਨੰਦਾ ਜੀ ਦਾ ਨਾਮ ਲਿਆ, ਜਿਹੜੇ ਉਸ ਵੇਲੇ ਸਾਡੇ ਦੇਸ਼ ਦੇ ਯੂਨੀਅਨ ਪਾਵਰ ਐਂਡ ਐਗਰੀਕਲਚਰ ਮਿਨਿਸਟਰ ਸੀ, ਪਾਵਰ ਐਂਡ ਇਰੀਗੇਸ਼ਨ ਮਿਨਿਸਟਰ ਸੀਗੇ ਸਾਡੇ। ਉਹਨਾਂ ਨੇ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਜੀ ਦਾ ਜ਼ਿਕਰ ਕੀਤਾ, ਮੈਂ ਤੁਹਾਨੂੰ ਆ ਇੱਕ ਡੋਜ਼ੀਅਰ ਪੇਪਰ ਦਾ ਦੇ ਕੇ ਜਾਊਂਗਾ, ਜਿਹਦੇ ਵਿੱਚ ਮੇਰੇ ਕੋਲੇ 29 ਜਨਵਰੀ 1955 ਜਿਹਦਾ ਕੈਪਟਨ ਅਮਰਿੰਦਰ ਸਿੰਘ ਕੱਲ ਕੋਰਾ ਝੂਠ ਪ੍ਰੈਸ ਦੇ ਸਾਹਮਣੇ ਬੋਲ ਕੇ ਗਏ ਆ, ਜਿਹਦੇ ਵਿੱਚ ਇਹ ਗੱਲ ਕਹਿ ਕੇ ਗਏ ਆ ਕਿ ਗੁਲਜ਼ਾਰੀ ਲਾਲ ਨੰਦਾ ਜੀ ਇਹ ਕਹਿ ਗਏ ਪਾਣੀ ਵੰਡਣ ਲੱਗੇ ਵੀ ਪਾਣੀ ਦੀ ਕੀਮਤ ਦੇਸ਼ ਦੇ ਅੰਦਰ ਇੱਕ ਸੂਬਾ ਦੂਸਰੇ ਸੂਬੇ ਤੋਂ ਨਹੀਂ ਲੈ ਸਕਦਾ। ਆ ਮੈਂ ਤੁਹਾਨੂੰ ਉਸ ਸੀਕ੍ਰੈਟ ਮੀਟਿੰਗ ਦੇ ਮਿਨਟਸ ਦੀ ਕਾਪੀ, ਮੇਰੇ ਕੋਲੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਨਾਲ ਪਾਣੀਆਂ ਦੇ ਉੱਤੇ ਮੰਤਰੀ ਵਾਲਾ ਸਲੂਕ ਕੇਂਦਰ ਦੇ ਥੱਲੇ ਲਾ ਕੇ ਲਏ ਫੈਸਲੇ ਗਲਤ ਜਾਣਕਾਰੀਆਂ ਦੇਣ ਵਾਸਤੇ ਮੇਰੇ ਕੋਲੇ ਇੱਕ ਦਸਤਾਵੇਜ਼ੀ ਸਬੂਤ ਪ੍ਰੂਫ ਮੌਜੂਦ ਆ। ਮੈਂ ਤੁਹਾਨੂੰ ਇਸ ਮੀਟਿੰਗ ਦਾ ਜਿਹੜੀ 29 ਜਨਵਰੀ 1955 ਨੂੰ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਤੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ਼੍ਰੀ ਭੀਮ ਸੈਨ ਸੱਚਰ ਵੀ ਮੌਜੂਦ ਸਨ ਇਸ ਮੀਟਿੰਗ ਦੇ ਵਿੱਚ, ਮੈਂ ਦਾ 5 ਨੰਬਰ ਪੈਰਾ ਕੋਟ ਕਰਨ ਲੱਗਿਆ। 5 ਨੰਬਰ ਪਾਰੇ ਦੇ ਵਿੱਚ ਲਿਖਿਆ ਦਾ ਕੁਐਸਚਨ ਆਫ ਐਲੋਕੇਸ਼ਨ ਆਫ ਦਾ ਕਾਸਟ ਆਫ ਵਾਟਰ ਇਨਕਲੂਡਿੰਗ ਦਾ ਕਾਸਟ ਆਫ ਸਟੋਰੇਜ ਐਂਡ ਅਦਰ ਵਰਕਸ ਮੇ ਬੀ ਟੇਕਨ ਅਪ ਸੈਪਰੇਟਲੀ। ਕੋਈ ਗੁੰਜਾਇਸ਼ ਬਾਕੀ ਹੈਗੀ ਹੈ? ਅੱਗੇ ਲਿਖਿਆ ਐਸ ਦਾ ਕਾਨਫਰੰਸ ਵਾਸ ਕੰਸਰਨਡ ਓਨਲੀ ਵਿਦ ਦਾ ਡਿਸਟ੍ਰੀਬਿਊਸ਼ਨ ਆਫ ਸਪਲਾਈਜ਼। ਹੁਣ ਮੇਰਾ ਨਹੀਂ ਖਿਆਲ ਕਿ ਇਹਦੇ ਵਿੱਚ ਕੋਈ ਗੁੰਜਾਇਸ਼ ਬਾਕੀ ਹੋਵੇ। ਬੋਲਣਗੇ ਕਿ ਇਹ ਮੀਟਿੰਗ ਜਿਹੜੀ ਪਾਣੀਆਂ ਦੀ ਵੰਡ ਤੱਕ ਸੀਮਤ ਆ, ਜਿਹੜਾ ਪਾਣੀ ਦੀ ਰੱਖ ਰਖਾਵ ਤੇ ਪਾਣੀ ਦੀ ਕੀਮਤ ਕੋਈ ਅਲੱਗ ਸਬਜੈਕਟ ਹੈ, ਇਹਦੇ ਤੇ ਅਲੱਗ ਮੀਟਿੰਗ ਹੈ। ਪਰ ਅਫਸੋਸ ਕਿ ਉਦੋਂ 1947 ਤੋਂ ਬਾਅਦ ਦੇਸ਼ ਦੇ ਹਾਲਾਤ ਐਸੇ ਬਣੇ ਸੀ, ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ, ਚਾਹੇ ਉਹ ਇੱਧਰਲਾ ਪੰਜਾਬ ਤੇ ਚਾਹੇ ਉੱਧਰਲਾ ਪੰਜਾਬ, ਲੋਕਾਂ ਦਾ ਇਸ ਪਾਸੇ ਧਿਆਨ ਨਹੀਂ ਸੀ ਕਿ ਪਾਣੀ ਦੀ ਕੀਮਤ 1955 ਤੋਂ ਬਾਅਦ ਅਗਲੀ ਮੀਟਿੰਗ ਕਿਸੇ ਲੀਡਰ ਨੇ ਤਰੱਦਦ ਨਹੀਂ ਕੀਤਾ ਕਿ ਅਸੀਂ ਪਾਣੀ ਦੀ ਕਾਸਟ ਵਾਸਤੇ ਜਿਹੜਾ ਗੈਰ ਕਾਨੂੰਨ ਤੌਰ ਤੇ ਪਾਣੀ ਦੀ ਵੰਡ ਵੇਲੇ ਸ਼੍ਰੀ ਗੁਲਜ਼ਾਰੀ ਲਾਲ ਨੰਦਾ 29 ਜਨਵਰੀ 1955 ਨੂੰ ਮੀਟਿੰਗ ਦੇ ਮਿਨਟ ਸੀਕ੍ਰੈਟ ਮੀਟਿੰਗ ਦੇ ਮਿਨਟ ਜਿਹਦੀ ਕਾਪੀ ਮੈਂ ਤੁਹਾਨੂੰ ਦੇਣ ਵਾਸਤੇ ਹਾਜ਼ਰ ਹੋਇਆ, ਉਹਦੇ ਵਿੱਚ ਲਿਖ ਕੇ ਗਏ ਤੇ ਕੈਪਟਨ ਅਮਰਿੰਦਰ ਸਿੰਘ ਪੂਰਾ ਝੂਠ ਬੋਲ ਕੇ ਗਏ।